ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ, ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਦੇ ਵਿੱਚ। ਅੱਜ ਅਸੀਂ ਰਾਜਨੀਤੀ ਸ਼ਾਸਤਰ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਕਰਨ ਜਾ ਰਹੇ ਹਾਂ, ਜਿਹਦਾ ਨਾਮ ਹੈ ਵਿਧਾਨ ਮੰਡਲ, ਜਾਂ ਇਸ ਨੂੰ ਆਪਾਂ ਵਿਧਾਨ ਪਾਲਿਕਾ ਵੀ ਕਹਿੰਦੇ ਹਾਂ। ਸਰਕਾਰ ਦੇ 3 ਅੰਗ ਹੁੰਦੇ ਨੇ, ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂ ਪਾਲਿਕਾ। ਵਿਧਾਨ ਪਾਲਿਕਾ ਦਾ ਕੰਮ ਹੁੰਦਾ ਕਾਨੂੰਨ ਦਾ ਨਿਰਮਾਣ ਕਰਨਾ। ਤਾਂ ਆਪਾਂ ਗੱਲ ਕਰਦੇ ਹਾਂ ਵਿਧਾਨ ਮੰਡਲ ਬਾਰੇ। ਭਾਰਤੀ ਸੰਵਿਧਾਨ ਦੇ ਅਨੁਛੇਦ 168 ਅਨੁਸਾਰ ਭਾਰਤ ਦੇ ਰਾਜਾਂ ਦੇ ਵਿੱਚ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਗਈ ਹੈ। ਵਿਧਾਨ ਮੰਡਲ ਦੇ 2 ਸਦਨ ਨੇ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ। ਅਨੁਛੇਦ 169 ਦੇ ਵਿੱਚ ਵਿਧਾਨ ਪਰਿਸ਼ਦ ਦੀ ਵਿਵਸਥਾ ਕੀਤੀ ਗਈ ਆ, ਅਤੇ ਅਨੁਛੇਦ 170 ਆ ਜਿਹੜਾ ਵਿਧਾਨ ਸਭਾ ਨਾਲ ਸੰਬੰਧਿਤ ਆ। ਵਿਧਾਨ ਪਰਿਸ਼ਦ ਦਾ ਜਿਹੜਾ ਵਿਧਾਨ ਮੰਡਲ ਦਾ ਉਹ ਉੱਪਰਲਾ ਸਦਨ ਆ, ਅਤੇ ਵਿਧਾਨ ਸਭਾ ਜਿਹੜਾ ਉਹ ਹੇਠਲਾ ਸਦਨ ਆ। ਹੁਣ ਅਸੀਂ ਇਹਨਾਂ ਦੋਨਾਂ ਸਦਨਾਂ ਨੂੰ ਇੱਕ ਇੱਕ ਕਰਕੇ ਪੜ੍ਹਾਂਗੇ। ਪਹਿਲਾਂ ਗੱਲ ਕਰਦੇ ਹਾਂ ਆਪਾਂ ਵਿਧਾਨ ਸਭਾ ਦੀ, ਕਿਉਂਕਿ ਜ਼ਿਆਦਾਤਰ ਜਿਹੜੇ ਰਾਜ ਨੇ ਉਹਨਾਂ ਦੇ ਵਿੱਚ ਵਿਧਾਨ ਸਭਾ ਗੀ, ਬਹੁਤ ਘੱਟ ਅਜਿਹੇ ਰਾਜ ਨੇਗੇ ਜਿਨ੍ਹਾਂ ਦੇ ਵਿੱਚ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦਾ ਜਿਹੜੀ ਦੋਨੇ ਨੇ। ਵਿਧਾਨ ਸਭਾ ਰਾਜ ਵਿਧਾਨ ਮੰਡਲ ਦਾ ਹੇਠਲਾ ਸਦਨ ਹੁੰਦਾ ਹੈ। ਤਾਂ ਗੱਲ ਕਰਦੇ ਹਾਂ ਆਪਾਂ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਜਿਹੜੀ ਉਮਰ ਹੋਣੀ ਚਾਹੀਦੀ ਆ, ਤਾਂ ਉਹ ਹੋਣੀ ਚਾਹੀਦੀ ਆ 25 ਸਾਲ। ਜੇਕਰ ਪੁੱਛਿਆ ਜਾਵੇ ਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਗੀ ਉਹ ਘੱਟ ਤੋਂ ਘੱਟ ਕਿੰਨੀ ਹੋ ਸਕਦੀ ਆ, ਤਾਂ ਉਹ ਘੱਟ ਤੋਂ ਘੱਟ 60 ਹੋ ਸਕਦੀ ਆ। ਜੇਕਰ ਪੁੱਛਿਆ ਜਾਵੇ ਵਿਧਾਨ ਸਭਾ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਵੱਧ ਤੋਂ ਵੱਧ ਕਿੰਨੀ ਹੋ ਸਕਦੀ ਆ, ਤਾਂ ਵੱਧ ਤੋਂ ਵੱਧ ਉਹ 500 ਹੋ ਸਕਦੀ ਆ। ਤਾਂ ਇਹਨਾਂ ਦੋਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਗੱਲਾਂ ਨੂੰ। ਵਿਧਾਨ ਸਭਾ ਦਾ ਜਿਹੜਾ ਕਾਰਜਕਾਲ ਆ ਉਹ 5 ਸਾਲ ਆ। ਵਿਧਾਨ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਚੋਣ ਆ ਜਿਹੜੀ ਲੋਕਾਂ ਦੁਆਰਾ ਕੀਤੀ ਜਾਂਦੀ ਆ। ਲੋਕ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਕੇ ਇਹਨਾਂ ਦੇ ਮੈਂਬਰਾਂ ਦੀ ਚੋਣ ਕਰਦੇ ਹਨ, ਯਾਨੀ ਕਿ ਸਿੱਧੇ ਰੂਪ ਦੇ ਵਿੱਚ ਇਹਨਾਂ ਦੀ ਚੋਣ ਕੀਤੀ ਜਾਂਦੀ ਆ ਲੋਕਾਂ ਦੁਆਰਾ। ਪੰਜਾਬ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਨੇ ਉਹ 117 ਨੇ। ਜੇਕਰ ਪੁੱਛਿਆ ਜਾਵੇ ਕਿਸ ਰਾਜ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਸਾਰਿਆਂ ਨਾਲੋਂ ਵੱਧ ਨੇ, ਤਾਂ ਹੋ ਗਈਆਂ ਨੇ ਉੱਤਰ ਪ੍ਰਦੇਸ਼ ਦੇ ਵਿੱਚ। ਹੋਰ ਵਿਧਾਨ ਸਭਾ ਦੇ ਵਿੱਚ ਜਿਹੜੇ ਮਹੱਤਵਪੂਰਨ ਪੁਆਇੰਟ ਨੇ, ਤਾਂ ਉਹਨਾਂ ਦੇ ਵਿੱਚ ਇੱਕ ਸਪੀਕਰ ਵੀ ਹੁੰਦਾ ਅਤੇ ਇੱਕ ਡਿਪਟੀ ਸਪੀਕਰ ਹੁੰਦਾ ਗਾ ਵਿਧਾਨ ਸਭਾ ਦੇ ਵਿੱਚ। ਕੋਈ ਬਿੱਲ ਹੈਗਾ ਜਿਹੜਾ ਧਨ ਬਿੱਲ ਹੈਗਾ ਜਾਂ ਨਹੀਂ ਹੈਗਾ, ਇਸ ਦਾ ਜਿਹੜਾ ਫੈਸਲਾ ਗਾ ਉਹ ਕੌਣ ਕਰਦਾ? ਵਿਧਾਨ ਸਭਾ ਦਾ ਜਿਹੜਾ ਸਭਾਪਤੀ ਕਰਦਾ ਗਾ। ਧਨ ਬਿੱਲ ਇੱਕ ਅਜਿਹਾ ਬਿੱਲ ਹੈਗਾ ਜਿਹੜਾ ਰਾਜਪਾਲ ਦੀ ਮਨਜ਼ੂਰੀ ਨਾਲ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਂਦਾ ਗਾ। ਜਿਹੜਾ ਸਧਾਰਨ ਬਿੱਲ ਹੈਗਾ ਉਹ ਵਿਧਾਨ ਮੰਡਲ ਦੇ ਕਿਸੇ ਵੀ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ, ਪਰ ਜਿਹੜਾ ਧਨ ਬਿੱਲ ਆ ਉਹ ਪਹਿਲਾਂ ਵਿਧਾਨ ਸਭਾ ਦੇ ਵਿੱਚ ਹੀ ਆ ਜਾਂਦਾ ਜਾਂ ਪੇਸ਼ ਕੀਤਾ ਜਾਂਦਾ। ਦੂਜੇ ਸਦਨ ਦੀ ਗੱਲ ਕਰਦੇ ਹਾਂ ਵਿਧਾਨ ਪਰਿਸ਼ਦ, ਜੋ ਕਿ ਵਿਧਾਨ ਮੰਡਲ ਦਾ ਉੱਚ ਸਦਨ ਆ। ਵਿਧਾਨ ਪਰਿਸ਼ਦ ਦਾ ਜਿਹੜਾ ਮੈਂਬਰ ਨੇ ਇਹਨਾਂ ਦਾ ਕਾਰਜਕਾਲ ਹੁੰਦਾ 6 ਸਾਲ। ਵਿਧਾਨ ਪਰਿਸ਼ਦ ਦੇ ਜਿਹੜੇ ਮੈਂਬਰ ਨੇਗੇ ਉਹ 1/3 ਮੈਂਬਰ ਨੇ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇ। ਵਿਧਾਨ ਪਰਿਸ਼ਦ ਦਾ ਜਿਹੜਾ ਇਸਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ, ਕਿਉਂਕਿ ਆਪਾਂ ਉੱਪਰ ਕਰ ਚੁੱਕੇ ਹਾਂ ਵੀ ਇਹਦੇ ਜਿਹੜੇ ਮੈਂਬਰ ਨੇ 1/3 ਮੈਂਬਰ ਨੇ ਜਿਹੜੇ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇਗੇ। ਇਸ ਲਈ ਜੇ ਇਹਨੂੰ ਭੰਗ ਨਹੀਂ ਕੀਤਾ ਜਾ ਸਕਦਾ ਤਾਂ ਇਹ ਕੀ ਆ, ਵਿਧਾਨ ਮੰਡਲ ਦਾ ਸਥਾਈ ਸਦਨ ਹੈਗਾ। ਅੱਗੇ ਗੱਲ ਕਰਦੇ ਆਪਾਂ ਵਿਧਾਨ ਪਰਿਸ਼ਦ ਦਾ ਜਿਹੜਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਹੈਗੀ ਉਹ 30 ਸਾਲ ਹੋਣੀ ਚਾਹੀਦੀ ਆ। ਜੇਕਰ ਵਿਧਾਨ ਪਰਿਸ਼ਦ ਦੇ ਜਿਹੜੇ ਮੈਂਬਰਾਂ ਦੀ ਗੱਲ ਕਰੀਏ ਤਾਂ ਘੱਟੋ ਘੱਟ ਇਹਦੇ ਮੈਂਬਰ ਨੇ ਤਾਂ 40 ਮੈਂਬਰ ਨੇ। ਜੇਕਰ ਗੱਲ ਕਰੀਏ ਆਪਾਂ ਵੱਧ ਤੋਂ ਵੱਧ ਮੈਂਬਰਾਂ ਦੀ, ਤਾਂ ਇਹ ਵਿਧਾਨ ਸਭਾ ਦੇ 1/3 ਮੈਂਬਰਾਂ ਤੋਂ ਜ਼ਿਆਦਾ ਨਹੀਂ ਹੋ ਸਕਦੀ। ਵਿਧਾਨ ਪਰਿਸ਼ਦ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਚੋਣ ਆ ਜਿਹੜੀ ਅਸਿੱਧੇ ਰੂਪ ਦੇ ਵਿੱਚ ਕੀਤੀ ਜਾਂਦੀ, ਭਾਵ ਲੋਕ ਨੇ ਜਿਹੜੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਦੁਆਰਾ ਇਹਨਾਂ ਦੇ ਮੈਂਬਰਾਂ ਦੀ ਚੋਣ ਨਹੀਂ ਕਰਦੇ। ਅੱਗੇ ਗੱਲ ਕਰਦੇ ਹਾਂ ਆਪਾਂ ਵਿਧਾਨ ਪਰਿਸ਼ਦ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਚੋਣ ਕਿਹਨਾਂ ਦੁਆਰਾ ਕੀਤੀ ਜਾਂਦੀ ਆ, ਤਾਂ ਆਪਾਂ ਗੱਲ ਕਰਦੇ ਹਾਂ ਜਿਹੜੇ 1/3 ਨੇ ਉਹ ਸਥਾਨਕ ਸੰਸਥਾਵਾਂ ਦੁਆਰਾ ਚੋਣ ਕੀਤੀ ਜਾਂਦੀ ਆ। 1/3 ਦੇ ਮੈਂਬਰ ਨੇ ਜਿਹੜੇ
ਉਹ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਚੋਣ ਕੀਤੀ ਜਾਂਦੀ ਹੈ ਅਤੇ 1/6 ਹਿੱਸਾ ਗਾ ਜਿਹੜਾ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਜਾਂਦੇ ਨੇ ਅਤੇ 1/12 ਸਕੂਲਾਂ ਦੇ ਅਧਿਆਪਕਾਂ ਦੁਆਰਾ 1/12 ਰਜਿਸਟਰ ਗ੍ਰੈਜੂਏਟਾਂ ਦੁਆਰਾ ਚੁਣੇ ਜਾਂਦੇ ਨੇਗੇ। ਤਾਂ ਇਹਨਾਂ ਦੇ ਵਿੱਚੋਂ ਤੁਸੀਂ ਇਹ ਦੋ ਜਿਹੜੇ ਮਹੱਤਵਪੂਰਨ ਯਾਦ ਰੱਖਣੇ ਨੇਗੇ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਜਿਹੜੇ ਪੁੱਛੇ ਜਾਂਦੇ ਨੇ। ਇੱਥੋਂ ਕੁਐਸਚਨ ਆਪਾਂ ਨੂੰ ਦੋ ਕੁਐਸਚਨ ਬਣਦੇ ਨੇਗੇ, ਵਿਧਾਨ ਪ੍ਰੀਸ਼ਦ ਦੇ ਕਿੰਨੇ ਮੈਂਬਰ ਨੇ ਜਿਹੜੇ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਚੁਣੇ ਜਾਂਦੇ ਨੇ, ਤਾਂ ਉਹ ਕਿੰਨੇ ਚੁਣੇ ਜਾਂਦੇ ਨੇ? 1/3। ਜੇਕਰ ਇਸ ਤਰ੍ਹਾਂ ਪੁੱਛਿਆ ਜਾਵੇ ਕਿ ਵਿਧਾਨ ਪ੍ਰੀਸ਼ਦ ਦੇ ਵਿੱਚ ਰਾਜਪਾਲ ਦੁਆਰਾ ਕਿੰਨੇ ਵਿਅਕਤੀ ਨੇ ਜਿਹੜੇ ਮੈਂਬਰ ਨੇ ਉਹ ਨਾਮਜ਼ਦ ਕੀਤੇ ਜਾਂਦੇ ਨੇ, ਤਾਂ ਉਹ ਕੀਤੇ ਜਾਂਦੇ ਨੇ 1/6 ਹਿੱਸਾ। ਅੱਗੇ ਗੱਲ ਕਰਦੇ ਹਾਂ ਆਪਾਂ ਵਿਧਾਨ ਪ੍ਰੀਸ਼ਦ ਦੀ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਹੈਗੀ, ਤਾਂ ਉਹ ਹੈਗੀ ਆ ਬਿਹਾਰ, ਕਰਨਾਟਕਾ, ਮਹਾਰਾਸ਼ਟਰ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼। ਪਹਿਲਾਂ ਇਹ 7 ਰਾਜਾਂ ਦੇ ਵਿੱਚ ਸੀਗੀ, ਜੰਮੂ ਕਸ਼ਮੀਰ ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਵਿਧਾਨ ਪ੍ਰੀਸ਼ਦ ਮੌਜੂਦ ਸੀ, ਪਰ 370 ਧਾਰਾ ਹਟਾਉਣ ਕਾਰਨ ਕਸ਼ਮੀਰ ਦੇ ਵਿੱਚ ਜਿਹੜੇ ਵਿਧਾਨ ਮੰਡਲ ਦੇ 21 ਸਦਨ ਰਹਿ ਗਿਆ ਅਤੇ ਹੁਣ ਵਰਤਮਾਨ ਸਮੇਂ ਦੇ ਵਿੱਚ ਆਂਧਰਾ ਪ੍ਰਦੇਸ਼ ਨੇ ਸਰਬਸੰਮਤੀ ਨਾਲ ਵਿਧਾਨ ਪ੍ਰੀਸ਼ਦ ਦਾ ਉਹਨੂੰ ਖਤਮ ਕਰ ਦਿੱਤਾ। ਜੇਕਰ ਵਿਦਿਆਰਥੀਓ ਤੁਸੀਂ ਇੱਥੇ ਤੱਕ ਵੀਡੀਓ ਨੂੰ ਧਿਆਨ ਨਾਲ ਦੇਖਿਆ ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ। ਹੁਣ ਥੋੜ੍ਹਾ ਕੁ ਆਪਾਂ ਇਸ ਚੀਜ਼ ਦਾ ਅੱਗੇ ਕੰਪੈਰੀਜ਼ਨ ਕਰਦੇ ਹਾਂਗੇ। ਵਿਧਾਨ ਸਭਾ ਵਿਧਾਨ ਮੰਡਲ ਦਾ ਹੇਠਲਾ ਸਦਨਾ, ਵਿਧਾਨ ਪ੍ਰੀਸ਼ਦ ਦਾ ਜਿਹੜਾ ਵਿਧਾਨ ਮੰਡਲ ਦਾ ਉੱਪਰਲਾ ਸਦਨਾ। ਵਿਧਾਨ ਸਭਾ ਦਾ ਕਾਰਜਕਾਲ ਆ 5 ਸਾਲ, ਇਹਨਾਂ ਦੀ ਚੋਣ ਆ ਜਿਹੜੀ ਲੋਕਾਂ ਦੁਆਰਾ ਕੀਤੀ ਜਾਂਦੀ ਆ। ਵਿਧਾਨ ਪ੍ਰੀਸ਼ਦ ਦਾ ਜਿਹੜਾ ਕਾਰਜਕਾਲ ਆ ਉਹ 6 ਸਾਲ ਹੈਗਾ, ਇਹਦੇ 1/3 ਤਿਹਾਈ ਮੈਂਬਰ ਨੇ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇਗੇ। ਜੇਕਰ ਇਹਨਾਂ ਨੇ ਵਿਧਾਨ ਸਭਾ ਦੇ ਮੈਂਬਰਾਂ ਦੀ ਗੱਲ ਕਰੀਏ ਤਾਂ ਮੈਂਬਰ ਬਣਨ ਲਈ ਘੱਟੋ ਘੱਟ ਜਿਹੜੀ ਉਮਰ ਹੋਣੀ ਚਾਹੀਦੀ ਉਹ 25 ਸਾਲ ਹੋਣੀ ਚਾਹੀਦੀ ਹੈ। ਦੂਜੇ ਪਾਸੇ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਲਈ ਘੱਟੋ ਘੱਟ ਜਿਹੜੀ ਉਮਰ ਹੋਣੀ ਚਾਹੀਦੀ ਹੈ 30 ਸਾਲ ਹੋਣੀ ਚਾਹੀਦੀ ਹੈ। ਵਿਧਾਨ ਸਭਾ ਜਿਹੜਾ ਵਿਧਾਨ ਮੰਡਲ ਦਾ ਅਸਥਾਈ ਸਦਨ ਆ, ਇਸਨੂੰ ਭੰਗ ਕੀਤਾ ਜਾ ਸਕਦਾ ਹੈ, ਰਾਜਪਾਲ ਮੰਤਰੀ ਪ੍ਰੀਸ਼ਦ ਦੀ ਸਲਾਹ ਨਾਲ ਇਸਨੂੰ ਭੰਗ ਕਰ ਸਕਦਾ ਹੈ। ਦੂਜੇ ਪਾਸੇ ਵਿਧਾਨ ਪ੍ਰੀਸ਼ਦ ਅਸਥਾਈ ਸਦਨ ਆ ਜਿਹਨੂੰ ਭੰਗ ਨਹੀਂ ਕੀਤਾ ਜਾ ਸਕਦਾ, ਇਹਦੇ ਮੈਂਬਰ ਨੇ ਜਿਹੜੇ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਨੇ। ਤਾਂ ਇਹ ਸੀ ਆਪਣਾ ਵਿਧਾਨ ਮੰਡਲ ਦਾ ਮਹੱਤਵਪੂਰਨ ਟੋਪਿਕ। ਮੈਨੂੰ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਊਗੀ, ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ